ਦੀ ਸਰਕਾਰੀ ਖਰੀਦ ਮੁਲਤਵੀ ਹੋਣ ਤੋਂ ਕਿਸਾਨ ਖਾਸੇ ਭੜਕੇ ਹੋਏ ਨੇ। ਕਿਸਾਨ ਆਗੂ ਗੁਰਨਾਮ ਚੜੂਨੀ ਨੇ ਬੀਜੇਪੀ ਆਗੂਆਂ ਨੂੰ ਇਸ ਨੂੰ ਲੈ ਕੇ ਹੁਣ ਚੇਤਾਵਨੀ ਦਿੱਤੀ ਹੈ। ਜੋ ਝੋਨੇ ਦੀ ਸਰਕਾਰੀ ਖਰੀਦ ਮੁਲਤਵੀ ਕੀਤੀ ਗਈ ਹੈ ਉਸ ਨੂੰ ਲੈ ਕੇ ਹੁਣ ਕਿਸਾਨਾਂ ਤੇ ਕਿਸਾਨ ਆਗੂਆਂ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂ ਗੁਰਨਾਮ ਚੜੂਨੀ ਨੇ ਬੀਜੇਪੀ ਆਗੂਆਂ ਨੂੰ ਚੇਤਾਵਨੀ ਦਿੱਤੀ ਹੈ 2 ਅਕਤੂਬਰ ਤੋਂ ਸ਼ੁਰੂ ਨਾ ਹੋਈ ਖਰੀਦ ਤਾਂ ਬੀਜੇਪੀ ਵਿਧਾਇਕਾਂ ਤੇ ਮੰਤਰੀਆਂ ਦਾ ਘਿਰਾਓ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਝੋਨੇ ਦਾ ਢੇਰ ਲਗਾ ਦੇਵਾਂਗੇ। ਇਹ ਚੜੂਨੀ ਨੇ ਇਸ ਮੌਕੇ ਤੇ ਧਮਕੀ ਜੜੀ ਹੈ ਉਹ ਦਿੱਤੀ ਹੈ। ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਸਵੇ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਕਿਸਾਨਾਂ ਤੇ ਕਿਸਾਨ ਆਗੂਆਂ ਵਿੱਚ, ਗੁਰਨਾਮ ਸਿੰਘ ਚੜੂਨੀ ਨੇ ਇਸ ਨੂੰ ਲੈ ਕੇ ਚਿਤਾਇਆ ਕੇਂਦਰ ਸਰਕਾਰ ਨੂੰ ਕਿ ਜੇ ਕੇਂਦਰ ਸਰਕਾਰ ਨੇ ਇਹ ਵਾਪਸ ਫੈਸਲਾ ਆਪਣਾ ਛੇਤੀ ਨਾ ਲਿਆ ਤਾਂ ਫਿਰ ਬੀਜੇਪੀ ਵਿਧਾਇਕਾਂ ਤੇ ਮੰਤਰੀਆਂ ਦਾ ਘਰਾਂ ਦਾ ਘਿਰਾਓ ਹੋਏਗਾ। ਉਹਨਾਂ ਦੇ ਘਰਾਂ ਦੇ ਅੱਗੇ ਝੋਨੇ ਦੇ ਢੇਰ ਲਗਾਤੇ ਜਾਣਗੇ। ਉਹਨਾਂ ਨਾਲ ਹੀ ਚਿਤਾਇਆ ਇਸ ਕੇਂਦਰ ਸਰਕਾਰ ਨੂੰ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਝੋਨੇ ਦੀ ਸਰਕਾਰੀ ਖਰੀਦ ਨੂੰ ਮੁਲਤਵੀ ਕਰਨ ਸੂਚਨਾ ਮਿਲੀ ਹੈ ਕਿ ਇੱਕ ਨਵਾਂ ਫਰਮਾਨ ਔਰ ਆ ਗਿਆ ਹੈ ਕਿ ਅਬ 1 ਤਰੀਕ ਸੇ ਖਰੀਦ ਨਹੀਂ ਹੋਗੀ, 11 ਤਰੀਕ ਸੇ ਖਰੀਦ ਹੋਗੀ। ਔਰ ਉਸਕੇ ਸਾਥ ਇੱਕ ਫਰਮਾਨ ਔਰ ਆ ਗਿਆ ਹੈ ਕਿ 1 ਏਕੜ ਸੇ 25 ਕੁਇੰਟਲ ਧਾਨ ਲਈ ਖਰੀਦੀ ਜਾਏਗੀ, ਜਬਕਿ ਕਈ ਵਰਾਇਟੀਆਂ 30 ਕੁਇੰਟਲ ਸੇ ਵੀ ਜ਼ਿਆਦਾ ਨਿਕਲ ਜਾਂਦੀ ਹੈ, ਤੋ ਬਾਕੀ ਉਹ ਕਹਾਂ ਲੈ ਜਾਏਗਾ ਪਤਾ ਨਹੀਂ। ਸਾਥੀਓ, ये सरकार उस दौरान कर रही जब हमारा आंदोलन चल रहा है, और इससे बड़ी क्रूरता क्या होगी कि एक किसान के ऊपर मौसम की मार, इस बार पकी हुई धान खेत में पड़ी खराब होगी, मंडी में आई खराब होगी, तबाही उठ गई फसलों की, और ऊपर से सरकार ये क्रूरता बरत रही है। हम सरकार को साफ तौर पे चेतावनी देना चाहते हैं कि कल खरीद शुरू कर ले खट्टर साहब, हमारा खून मत जला, हमारा सत मत देख। किसान साथियों, कल का दिन इंतजार कर लो, अगर कल खरीद नहीं आती है परसों सबके घर घेर लो, भरी हुई ट्रेलियां दीरी की इनके मकानों के आगे अड़ा दो, चाहे एमपी हो चाहे एमएलए हो, बीजेपी का और जेजेपी का, खाली नहीं बैठेंगे। हमारे पे उजड़ता किसान नहीं देखा जाता, बर्बाद होता किसान नहीं देखा जाता। बिल्कुल साफ चेतावनी दे रहे हैं कि कल सरकार खरीद शुरू कर ले, वरना रिजल्ट बड़ा गंभीर भुगतना पड़ेगा।